ਹਾਂਜੀ ਨਮਸਕਾਰ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਟੀਚਿੰਗ ਗੁਰੂ ਦੇ ਉੱਤੇ ਤਾਂ ਜਿਵੇਂ ਤੁਹਾਨੂੰ ਪਤਾ ਹੀ ਕਿ ਰਾਜਸਥਾਨ ਹੋਮ ਗਾਰਡ ਦੀ ਜਿਹੜੀ ਵੈਕੈਂਸੀ ਆਈ ਹੋਈ ਹੈ ਤੇ ਉਹਦੇ ਵਿੱਚ ਹੁਣ ਆਦਰ ਸਟੇਟ ਵਾਲੇ ਅਪਲਾਈ ਕਰ ਸਕਦੇ ਨੇ ਜਾਂ ਫਿਰ ਨਹੀਂ ਜਿਵੇਂ ਪੰਜਾਬ ਦੇ ਹਰਿਆਣਾ ਦੇ ਜਿਹੜੇ ਬਹੁਤ ਸਾਰੇ ਕੈਂਡੀਡੇਟ ਦੇ ਜਿਹੜੇ ਕੁਐਸਚਨ ਆ ਰਹੇ ਸੀਗੇ ਕਿ ਸਰ ਅਸੀਂ ਅਪਲਾਈ ਕਰ ਸਕਦੇ ਆ ਜਾਂ ਫਿਰ ਨਹੀਂ ਤਾਂ ਇੱਥੇ ਦੇਖੋ ਸਾਫ਼-ਸਾਫ਼ ਇਹਦੇ ਵਿੱਚ ਇੱਕ ਤਾਂ ਜਿਹੜਾ ਕੋਈ ਰਿਟਨ ਐਗਜ਼ਾਮ ਤਾਂ ਹੈ ਨਹੀਂ ਸਿਰਫ ਫਿਜ਼ੀਕਲ ਟੈਸਟ ਤੁਹਾਡਾ ਜਿਹੜਾ ਹੈਗਾ ਉਹ ਲਿਆ ਜਾਣਾ ਹੈ PET ਜਿਹਨੂੰ ਆਪਾਂ ਬੋਲਦੇ ਆ ਜਿਵੇਂ ਰੇਸ ਹੋਊਗੀ ਲੰਬੀ ਛਾਲ ਹੋਊਗੀ ਤੇ ਜਿਹੜਾ ਹੈਗਾ ਚੀਨ ਅਪਸਲਾਣੇ ਹੋਣਗੇ ਸਾਰਾ ਕੁਝ ਜਿਹੜਾ ਹੈਗਾ ਫਿਜ਼ੀਕਲ ਹੀ ਹੋਊਗਾ ਰਿਟਨ ਟੈਸਟ ਨਹੀਂ ਹੈ ਤੇ ਇਹਦੇ ਵਿੱਚ ਦੱਸਿਆ ਗਿਆ ਹੈ ਕਿ ਜਿਹੜਾ ਹੈਗੇ ਨੇ ਆਦਰ ਸਟੇਟ ਵਾਲੇ ਜਿਹੜੇ ਹੈਗੇ ਨੇ ਉਹ ਨਹੀਂ ਅਪਲਾਈ ਕਰ ਸਕਦੇ ਸਿਰਫ ਜਿਹੜੇ ਰਾਜਸਥਾਨ ਵਾਲੇ ਨੇ ਉਹ ਹੀ ਇਹਦੇ ਲਈ ਅਪਲਾਈ ਆ ਉਹ ਕਰਨਗੇ ਠੀਕ ਹੈ ਤਾਂ ਇਸ ਕਰਕੇ ਜਿਹੜੇ ਆਦਰ ਸਟੇਟ ਵਾਲੇ ਕੋਈ ਜੇਕਰ ਵੀਡੀਓ ਦੇਖ ਰਹੇ ਤਾਂ ਉਹ ਇੱਥੇ ਹੀ ਵੀਡੀਓ ਛੱਡ ਸਕਦੇ ਤਾਂ ਕਿ ਉਹਦਾ ਟਾਈਮ ਖਰਾਬ ਨਾ ਹੋਵੇ ਤੇ ਬਾਕੀ ਹੁਣ ਮੈਂ ਜਿਹੜੇ ਫਾਰਮ ਭਰਨਗੇ ਉਹਨਾਂ ਲਈ ਦੱਸਦਾ ਕਿ ਜਿਹੜੀ ਇਹਦੀ ਫੀਸ ਹੈ ਉਹ ਤੁਸੀਂ ਦੇਖ ਲਿਆ ਹੋਣਾ ਕਿ 250 ਤੇ 200 ਰੁਪਏ ਰੱਖੀ ਗਈ ਹੈ ਜਨਰਲ ओबीसी ਵਾਸਤੇ 250 ਰੁਪਏ ਬਾਕੀ ਸਾਰੀਆਂ ਜਿਹੜੀਆਂ ਹੈਗੀਆਂ ਨੇ ਐਸ ਸੀ ਐਸਟੀ ਇਹਨਾਂ ਲਈ ਜਿਹੜੀ ਹੈਗੀਆਂ ਨੇ ਉਹ 200 ਰੁਪਏ ਫੀਸ ਹੈ ਤੇ ਉੱਪਰ ਇੱਕ ਪੋਸਟ ਵਾਸਤੇ 693 ਰੁਪਏ ਤੇ ਦੂਜੀ ਪੋਸਟ ਵਾਸਤੇ ਤੁਸੀਂ ਤੁਹਾਨੂੰ 590 ਰੁਪਏ ਪ੍ਰਤੀ ਦਿਨ ਜਿਹੜੇ ਹੈਗੇ ਆ ਉਹ ਤਨਖਾਹ ਦਿੱਤੀ ਜਾਊਗੀ ਤੇ ਹੋਰ ਜ਼ਿਆਦਾ ਅਪਡੇਟ ਲਈ ਤੁਸੀਂ ਜਿਹੜੀ ਸਾਡੀ ਪ੍ਰੀਵੀਅਸ ਵੀਡੀਓ ਹੈ ਉਹਨੂੰ ਦੇਖ ਸਕਦੇ ਹੋ ਜਿਹਦੇ ਵਿੱਚ ਪੂਰੀ ਡਿਟੇਲ ਹੈ ਜਿਹੜੀ ਉਹ ਦਿੱਤੀ ਹੋਈ ਹੈ ਕਿ ਕੌਣ-ਕੌਣ ਇਹਦੇ ਲਈ ਐਪਲਾਈ ਕਰੇਗਾ 8ਵੀਂ ਪਾਸ ਜੇਕਰ ਤੁਸੀਂ ਉਹ ਐਪਲਾਈ ਕਰ ਸਕਦੇ ਹੋ ਤੇ ਕਿੰਨੀਆਂ ਪੋਸਟਾਂ ਨੇ ਉਹ ਵੀ ਸਾਰਾ ਕੁਝ ਤੁਹਾਨੂੰ ਪ੍ਰੀਵੀਅਸ ਵੀਡੀਓ ਜਿਹੜੀ ਹੈਗੀ ਉਹਦੇ ਵਿੱਚ ਦੱਸਿਆ ਹੋਇਆ ਹੈ ਤਾਂ ਉਹਨੂੰ ਇੱਕ ਵਾਰ ਚੈੱਕ ਆਊਟ ਕਰ ਲਓ ਧੰਨਵਾਦ